वंदना गुड मॉर्निंग। पवन कुमार जी हेलो गुड मॉर्निंग। वैभव राय गुड मॉर्निंग। अमृतपाल जी गुड मॉर्निंग। गुड मॉर्निंग पामेल मैडम गुड मॉर्निंग। हाँ जी वंदना, कोई इंक्वायरी है? कुछ इंक्वायरी टाइप करो प्लीज़, फिर असं उसका जवाब देवांगे। सत श्री अकाल जी, सत श्री अकाल। ਅੱਜ ਅਸੀਂ ਲਾਈਵ ਹੋਏ ਹਾਂ। ਸਾਡਾ ਮੁੱਖ ਮਕਸਦ ਜਿਹੜਾ ਹੈ ਉਹ ਹੈ ਪੰਜਾਬੀ ਲਿਟਰੇਚਰ ਆਪਸ਼ਨਲ UPSC ਦੇ ਵਿੱਚ ਜਿਹੜਾ ਇੱਕ ਸਬਜੈਕਟ ਹੈ ਉਹਦੇ ਰਿਗਾਰਡਿੰਗ ਗੱਲਬਾਤ ਕਰਨ ਵਾਸਤੇ। ਸਤਿ ਸ਼੍ਰੀ ਅਕਾਲ ਰਾਹੁਲ ਜੀ। ਅਤੇ ਅਕਸਰ ਹੀ ਬੱਚਿਆਂ ਦੀਆਂ ਰੋਜ਼ ਕੁਐਰੀਜ਼ ਆਉਂਦੀਆਂ ਨੇ ਕਿ ਪੰਜਾਬੀ ਲਿਟਰੇਚਰ ਆਪਸ਼ਨਲ ਦੇ ਬਾਰੇ ਕੁਛ ਦੱਸੋ, ਪੁੱਛਦੇ ਨੇ ਵੱਖਰੀਆਂ ਵੱਖਰੀਆਂ ਚੀਜ਼ਾਂ ਬੱਚੇ। ਅਸੀਂ ਇਹ ਇਨੀਸ਼ੀਏਟਿਵ ਲਿਆ ਕਿ ਅੱਜ ਬੱਚਿਆਂ ਨੂੰ ਲਾਈਵ ਹੋ ਕੇ ਉਹਨਾਂ ਨਾਲ ਗੱਲ ਕਰੀਏ, ਉਹਨਾਂ ਦੀ ਇਨਕੁਆਇਰੀਜ਼ ਨੇ ਜਿਹੜੀਆਂ ਉਹਨਾਂ ਦੇ ਜਵਾਬ ਦੀਏ ਜੀ। ਬੈਚ ਕਦੋਂ ਸਟਾਰਟ ਹੋ ਰਿਹਾ ਹੈ ਜੀ? ਬਿਲਕੁਲ, ਆਪਣਾ ਜਿਹੜਾ ਬੈਚ ਹੈ ਉਹ ਚੰਡੀਗੜ੍ਹ ਦੇ ਵਿੱਚ ਮਿਡ ਜੂਨ ਦੇ ਵਿੱਚ ਸ਼ੁਰੂ ਹੋ ਰਿਹਾ ਪੰਜਾਬੀ ਲਿਟਰੇਚਰ ਦਾ। ਵੀਕਡੇਜ਼ ਬੈਚ ਉਹ ਹੋਏਗਾ, ਔਰ ਉਹਦੇ ਵਾਸਤੇ ਜਿਹੜੀ ਓਰੀਐਂਟੇਸ਼ਨ ਕਲਾਸ ਹੈ ਉਹ ਆਪਾਂ ਜੂਨ ਦੇ ਫਸਟ ਵੀਕ ਰੱਖਾਂਗੇ, ਔਰ ਬੜੀ ਜਲਦੀ ਡੇਟ ਆਪਾਂ ਅਨਾਊਂਸ ਕਰ ਦੇਵਾਂਗੇ। ਠੀਕ ਹੈ, ਉਹ ਓਰੀਐਂਟੇਸ਼ਨ ਕਲਾਸ ਜਿਹੜੀ ਹੋਏਗੀ ਉਹ ਲਗਭਗ 5 ਜੂਨ ਦੇ ਦੁਆਲੇ ਆਪਾਂ ਰੱਖਾਂਗੇ। 2 ਘੰਟੇ ਦੀ ਉਹ ਕਲਾਸ ਹੁੰਦੀ ਹੈ, ਔਰ ਉਸ ਕਲਾਸ ਦੇ ਵਿੱਚ ਆਪਣਾ ਮੁੱਖ ਮਕਸਦ ਇਹ ਹੁੰਦਾ ਕਿ ਬੱਚਿਆਂ ਨੂੰ ਸਭ ਤੋਂ ਪਹਿਲਾਂ ਤਾਂ ਪੰਜਾਬੀ ਲਿਟਰੇਚਰ ਦੇ ਨਾਲ ਜਾਣੂ ਕਰਵਾਇਆ ਜਾਵੇ। ਪੰਜਾਬੀ ਲਿਟਰੇਚਰ ਦਾ ਸਿਲੇਬਸ ਕੀ ਹੈ, ਉਹ ਸਿਲੇਬਸ UPSC ਨੇ ਕਿਉਂ ਇਸੇ ਤਰੀਕੇ ਨਾਲ ਡਿਜ਼ਾਈਨ ਕੀਤਾ, ਕੀ ਉਹ ਕੁਆਲਿਟੀਜ਼ ਚੈੱਕ ਕਰਨਾ ਚਾਹੁੰਦੇ ਹੈ, UPSC ਐਸਪੀਰੈਂਟ ਦੇ ਵਿੱਚੋਂ ਕਿਸ ਤਰੀਕੇ ਨਾਲ ਪੇਪਰ ਡਿਜ਼ਾਈਨ ਕਰਦੇ ਹੈ, ਔਰ ਅਸੀਂ ਕਲਾਸ ਦੇ ਵਿੱਚ ਉਹਨੂੰ ਕਿਵੇਂ ਪਰਸੂ ਕਰਦੇ ਹਾਂ, ਕਿਸ ਤਰੀਕੇ ਨਾਲ ਆਪਾਂ ਉਹਨੂੰ ਪੜ੍ਹਦੇ ਹਾਂ ਕਲਾਸ ਦੇ ਵਿੱਚ। ਸੋ ਉਹ ਸਾਰੇ ਪੱਖ ਨੇ ਜਿਹੜੇ ਉਹਨਾਂ 'ਤੇ ਆਪਾਂ ਗੱਲਬਾਤ ਕਰਦੇ ਹਾਂ ਓਰੀਐਂਟੇਸ਼ਨ ਕਲਾਸ ਦੇ ਵਿੱਚ। ਅਤੇ ਓਰੀਐਂਟੇਸ਼ਨ ਕਲਾਸ ਜਿਹੜੀ ਆ ਉਹ ਹਰ ਬੱਚੇ ਲਈ ਲਾਉਣੀ ਜ਼ਰੂਰੀ ਹੁੰਦੀ ਹੈ, ਔਰ ਜੇ ਕਿਸੇ ਬੱਚੇ ਦਾ ਕੋਈ ਉਹਦੇ 'ਤੇ ਸੰਬੰਧ ਵਿੱਚ ਕੋਈ ਕੁਐਸਚਨ ਵੀ ਹੁੰਦਾ ਤਾਂ ਉਹ ਵੀ ਡਾਊਟਸ ਲਏ ਜਾਣਗੇ, ਔਰ ਉਹ ਸਾਰੇ ਡਾਊਟਸ ਕਲੀਅਰ ਕੀਤੇ ਜਾਂਦੇ ਆ। ਸਾਡਾ ਮੁੱਖ ਮਕਸਦ ਇਹ ਹੁੰਦਾ ਕਿ ਜਦੋਂ ਬੱਚਾ ਪੰਜਾਬੀ ਲਿਟਰੇਚਰ ਆਪਸ਼ਨਲ ਆਪਟ ਕਰ ਰਿਹਾ ਤਾਂ ਉਹਦਾ ਇਨਫੋਰਮਡ ਡਿਸੀਜ਼ਨ ਹੋਣਾ ਚਾਹੀਦਾ, ਉਹਦਾ ਆਪਣਾ ਡਿਸੀਜ਼ਨ ਹੋਣਾ ਚਾਹੀਦਾ, ਐਂਡ ਹੀ ਔਰ ਸ਼ੀ ਮਸਟ ਬੀ ਸੈਟਿਸਫਾਈਡ ਕਿ ਹਾਂ ਮੇਰਾ ਡਿਸੀਜ਼ਨ ਸਹੀ ਹੈ ਜੇ ਮੈਂ ਪੰਜਾਬੀ ਲਿਟਰੇਚਰ ਲੈ ਰਹੀ ਹਾਂ ਜਾਂ ਪੰਜਾਬੀ ਲਿਟਰੇਚਰ ਆਪਟ ਕਰ ਰਿਹਾ, ਤਾਂ ਉਹਦੇ ਵਾਸਤੇ ਜ਼ਰੂਰੀ ਹੈ। ਸਤਿ ਸ਼੍ਰੀ ਅਕਾਲ ਹਨੀ ਸਿੰਘ ਸਿੱਧੂ ਜੀ, ਸਤਿ ਸ਼੍ਰੀ ਅਕਾਲ ਜੀ। ਰਜਿਸਟ੍ਰੇਸ਼ਨ ਓਪਨ ਹੈ, ਕਿਸੇ ਬੱਚੇ ਦਾ ਕੁਐਸਚਨ ਆਇਆ ਰਜਿਸਟ੍ਰੇਸ਼ਨ ਦੇ ਸੰਬੰਧ ਵਿੱਚ। ਰਜਿਸਟ੍ਰੇਸ਼ਨ ਓਪਨ ਹੈਗੀ ਹੈ, ਕਿਸੇ ਵੀ ਵੇਲੇ ਤੁਸੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਆਪਣੀ ਚੰਡੀਗੜ੍ਹ ਬੈਚ ਲਈ ਵੀ, ਔਰ ਦਿੱਲੀ ਬੈਚ ਲਈ ਵੀ। ਦਿੱਲੀ ਆਪਣਾ ਵੀਕਐਂਡ ਬੈਚ ਹੋਏਗਾ, ਚੰਡੀਗੜ੍ਹ ਵੀਕਡੇਜ਼ ਬੈਚ ਹੋਣਗੇ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ। ਓਕੇ, ਇਹ ਬੈਚ ਜਿਹੜਾ ਹੈ ਆਪਣਾ 3 ਮਹੀਨੇ ਦਾ ਬੈਚ ਹੁੰਦਾ, ਔਰ ਚੰਡੀਗੜ੍ਹ ਦੇ ਵਿੱਚ ਜਿਵੇਂ ਆਪਾਂ ਗੱਲ ਕੀਤੀ ਹੈ ਵੀਕਡੇਜ਼ ਬੈਚ ਹੁੰਦਾ, ਤਾਂ ਡੇਲੀ 3 ਘੰਟੇ ਦੀ ਕਲਾਸ ਹੁੰਦੀ ਹੈ, ਔਰ ਪੂਰਾ ਸਿਲੇਬਸ ਹੈ ਜਿਹੜਾ ਉਹ ਕਵਰ ਹੁੰਦਾ ਕਲਾਸ ਦੇ ਵਿੱਚ। ਕੁਐਸਚਨ ਆਇਆ ਸਰ ਸਿਲੇਬਸ ਬਾਰੇ ਦੱਸੋ ਥੋੜ੍ਹਾ। ਓਕੇ ਓਕੇ,
जी पंजाबी लिटरेचर का जिहड़ा सिलेबस है वह बाकी सब्जेक्ट्स से नालों काफ़ी घट है। सब तो पहला पॉइंट तो यह है, ठीक है। दूसरा है कि साड़ी मदर टंग दे विच है। तीसरा साड़ी अपनी सोसाइटी के बारे है जिदे विच असी रहने हैं। ये नावल ने, कहानियां ने, ड्रामे ने, ठीक है जी, कवितावां ने, ठीक है। तो शॉर्ट्स का असं यही कहोंगे कि बहुत इंट्रस्टिंग सिलेबस है यदा। अमृतपाल सिंह जी सर, ऑनलाइन क्लासेस भी स्टार्ट करो जिहड़े स्टूडेंट्स इंस्टीट्यूट विच नहीं प्रिपेयर कर सकते हैं। बिल्कुल तुहाड़ा क्वेश्चन बिल्कुल सही है अमृतपाल जी। असं कोशिश दे विच हैगे आ कि ऑनलाइन क्लासेस भी कर दईए। फिलहाल असं इस बार एक प्रोजेक्ट लॉन्च करने की कोशिश हैगे हाँ कि साड़ियाँ वर्चुअल क्लासेस ने जिहड़ियां वो शुरू कर रहे हैं। असं इस कोशिश दे विच हैगे हाँ फिलहाल, तो कि क्लास के आके तुसी उन्होंने क्लासेस नू ला सकते हैं। जिस वेले मैं ना भी प्रेजेंट होवां उस वेले आके तुसी वो लगा सकते हो। इन्ना कसी कर रहे हैं पर सानू इनक्वायरीज इदां दी आउंदियां ने ऑनलाइन क्लासेस दी। अमृतपाल जी असीं कोशिश दे विच हैगे हैं ते भी हैं। सर पंजाबी लिटरेचर कितने मंथ में कवर करवाते हो आप? ओके जी, चंडीगढ़ दे विच जिवें साडा वीकडेज़ बैच हुंदा तां 3 महीने दे विच सिलेबस कवर हो जाता है। वैसे असीं सिलेबस 2.5 महीने दे विच कवर कर लैंदे पर फिर भी असीं 15 दिन का गैप लैके चलते हैं, बच्चों वास्ते एक मार्जिन लैके चलते हैं, ठीक है। सर वर्किंग प्रोफेशनल्स लई भी कोई हल करो। राहुल जी जी ऑलरेडी राहुल जी अपना एक कोर्स चल रहा है डिस्टेंस लर्निंग प्रोग्राम, जेडे वर्किंग हैगे ने एसपीरेंट्स। असी साड़ी कोशिश होंगी है हर एक का ख्याल रखिए, जेडे भी एसपीरेंट्स पंजाबी लिटरेचर नाल करना चाहते हैं, सानू खुशी होंगी है कि अपनी माँ बोली दे नाल ओह इस पेपर नू क्लीयर करना चाहते हैं, साड़ी कोशिश होंगी है। तो फिलहाल अपना डिस्टेंस लर्निंग प्रोग्राम शुरू किया होया, वो अपना कोर्स बड़े वधिया तरीके नाल चल रहा है राहुल जी। उहदे विच जिहड़ा है आपां स्टडी मटीरियल प्रोवाइड कराने हैं, प्लस डाउट सैशनस रखे जाते हैं फोर्टनाइटली मंथली। तुहाडे कोई भी डाउट्स ने इंडिविजुअली तुसी टाइम लैके आ सकते हो अपने कोल इंस्टीट्यूट्स विच दिल्ली चंडीगढ़ किसी भी जगह, और डाउट्स भी क्लीयर करते हैं। प्लस ये आप टैस सीरीज़ भी रखी हुई है जिदे तुसी एन नंबर ऑफ टैसट दे सकते हो। 1 साल की पूरी वैलिडिटी है कि बड़े आराम नाल कर सकते हो क्योंकि प्रोफेशनल्स हैगे हो, कई बार टाइम नहीं भी मिलता। तो आप इनू इस तरीके नाल मैनेज किया होया, प्लीज़ तुसी इनू ज्वाइन कर सकते हो। सो डिस्टेंस लर्निंग प्रोग्राम की आप गल कर रहे थे, प्लस ये जी आप क्लासेस की गल कर रहे थे। दिल्ली के अपना जोड़ा हैगा वह वीकेंड बैच चलता, सैटरडे संडे क्लासेस होंदियां ने, उत्थे 3.5 महीने अपना कोर्स कवर हो जाता है, ठीक है। उत्थे भी पूरी डिटेल आप करवाने, और जोड़ा स्टडी मटीरियल है वह अपना खुद तैयार किया हुआ प्रिंटड फॉर्म के बकायदा। सो जी आंसर राइटिंग ते गल कर लैने हैं। आंसर राइटिंग दे संबंध दे विच आपां जिवें गल कीती है कि साडा जिहड़ा कोर्स है वह 3 महीने का कोर्स चंडीगढ़ दे विच हुंदा, 3.5 महीने का दिल्ली दे विच हुंदा, ठीक है। और उस तो बाद कॉम्प्लीमेंट्री टैस्ट सीरीज़ सारे बच्चों नूं दित्ती जाती है जिहड़े भी अपने कोर्स ज्वाइन करते हैं। उस टैस्ट सीरीज़ दे विच एन नंबर ऑफ टैसट ने जोड़े वह दिते जाते हैं, तुम एन नंबर ऑफ टैसट लिख सकते हो जिदे टॉपिक वाइज भी है। जिमें आप गल करिए कि सैकेंड पेपर है अपना, वो शेख फरीद जी का टॉपिक है सब तो पहला, फिर गुरु नानक साहब दिन बाणिया ने, जप जी साहब है, आसा दीवार है, 12 माह है। तो हर एक टॉपिक के क्वेश्चनस होंगे, हर एक टॉपिक के क्वेश्चन लिखवाए जाते हैं बच्चे तो। साड़ी कोशिश यही होंगी है कि हर एक बच्चे का जोड़ा एक लैवल है आंसर राइटिंग दा बहुत वधिया होवे, प्रॉपर सब तो पहला क्वेश्चन के संबंध के एक अंडरस्टैंडिंग पैदा की जाए कि किस तरीके के क्वेश्चनस ने जोड़े वह एग्जामीनर वालों पूछे जाते हैं, तो आप उन्होंने किस तरीके आंसर करना होंगे। आम तौर पर पंजाबी लिटरेचर के बच्चे इस गल के भुलेखा खा जाते हैं, तो प्राइमा फेसी ये लगता है कि सारे क्वेश्चनस लगभग एको जी हर बारी रिपीट हो रहे हैं, रिपीट हो रहे होंगे है, पर ओहो सेम जिहड़ा हैगा कंटेंट दे नाल रिपीट नहीं हो रहे होंदे, किसे एक वर्ड दे दुआले पूरा क्वेश्चन घूम जांदा है कई बारी। तां
उस चीज़ का ध्यान रखना होंगे। तो साड़ी कोशिश ये होंगी है कि टॉपिक वाइज हर एक टॉपिक पर बच्चा आंसर लिखे, फिर सैक्शन वाइज आप आंसर लिखीए, फिर उस तो बाद फुल पेपर के आंसर लिखीए। पिछली बार जे आप देखिए तो अपना जो स्कोर है एक बच्चे का 300 स्कोर आया हुआ डॉट, वो साढ़े को DMC भी पई हुई है, और अनफॉर्चुनेटली चलो बच्चा इंटरव्यू तक भी जाके आया, इंटरव्यू भी तो बहुत अच्छा स्कोर आया, फाइनल लिस्ट के नहीं आ सकिया और डेफिनेटली अगली बार आ जाएगा। और 300 का स्कोर जो अपना इस बार आया हुआ और की है सिर्फ 3 महीने दियाँ क्लासेस और आंसर राइटिंग, और इन्हों के नाल ही बहुत वधिया तरीके घट्ट मेहनत के नाल घट्ट टाइम दे विच और घट्ट एफर्ट्स के नाल ये रिजल्ट अपने आए हुए ने। क्या गुरमिंदर पाल सिंह जी, सत श्री अकाल, सत श्री अकाल। सो क्वेश्चन आया कि किन्ना स्कोर पॉसीबल है? स्कोर देखो मैक्सीम 500 है, तो आप 500 तक भी पहुँच सकते हैं, है ना। तो पॉइंट यह है कि एक डीसेंट स्कोर जोड़ा है वह पॉसीबल हैगा। पिछली बारी क्योंकि असी कुछ टाइम पहला तो इतने जो प्रोफेसनली इनू शुरू किया, उस तो पहला बच्चे आते असी पढ़ा देंगे दे प्रोफेसनली शुरू किया, तो वो की है इस बारी जिमें हमने ही आप गल की है कि 300 स्कोर तो असं पहुँच चुके हैं और असी हूँ इस वाली टारगेट फिर वधा लिया, ठीक है। इनू असी बहुत अगे तक लैके जा सकते हैं जी। जी जी प्लीज़ टेल अबाउट पेपर 2 सैक्शन बी क्रिटिक। गुरमिंदर पाल जी थोड़ा जहा स्पैसीफाई कर दौ क्वेश्चन तो आपको ईजी हो जाएगा, आप वधिया तरीके जी क्वायरी है इनू सैटिस्फाई कर पावे। रिजल्ट्स आया है सर 2018 दे विच, बिल्कुल जी बिल्कुल। अपना स्टूडेंट है डॉक्टर बलप्रीत सिंह, ठीक है, उन्हों का रिजल्ट आया इस बारी प्रॉपर IAS दे विच आए है वह, ठीक है। वो अपने को तैयारी उन्होंने की है, बकायदा टेस्ट सीरीज लगाई है, ठीक है। रेफरेंस बुक्स बारे भी दसो एक ओह किनियां डेप्थ दे विच पढ़िया जा सकदियां कंसिडरिंग बोथ टाइम कंस्ट्रेंट एंड सिलेबस। राहुल जी जी थोड़ा क्वेश्चन बिल्कुल ठीक है। कई बार ना बच्चे इस तरीके नाल भी राहुल जी कॉल करते हैं तो पूछते हैं कि असी खुद तैयारी करनी है जां सानू सोर्सेस दस दिओ, तां इहदे ते दो पक्ष ने। एक तो राहुल जी जे तुसी अपनी वैबसाइट पर जाओगे punjabi4ias.com उहदे ते आपां ना एक लिस्ट पाई हुई है, बकायदा आपां जिहड़े कवर पेज ने उहनां दीआं फोटोज़ पाइया हुई ने, इमेजेस पाइया हुई हैं, एक लिस्ट बनाई हुई है जिहड़ियां बुक्स दे विचों असीं खुद स्टडी मटीरियल तैयार करते हैं, अपना रिसर्च पेपर्स ने, होर साडे स्कॉलर्स दीआं बुक्स ने, उन्हां दे विचों सिर्फ 150 किताबां जिहड़ियां मिनीमम असीं चूज़ कर सकते सी ना, उह असीं इहदे उपर पोस्ट कर दी उन्होंने टाइटल्स ता कि जोड़े बच्चे करना चाहते कर सकन, है ना। हुण तुसीं तुहाडा क्वेश्चन ये भी हो सकता कि 150 किताबां किवें पढ़ांगे, तो इत्थे आके दूजा पक्ष है कि इत्थे आके ना असीं भी हेल्पलैस हो जाने क्योंकि पंजाबी लिटरेचर के संबंध में कोई एक किताब नहीं बनी हुई, कोई एक दो किताबों के कंसाइज नहीं किया हो सारा मटीरियल, तो बहुत सारिया किताबां ने जिहड़ियां उन्हां रैफर करनिया पैंदियां जे असीं वधिया स्कोर लैना है, यह चीज़ हैगी है। चेतनप्रीत जी सत श्री अकाल, शमशेर सिंह जी थैंक यू जी। प्रसिद्ध पंजाबी कवि पंजाबी काव्य श्रोमणी, ओके ओके जी जी, यह प्रिंसिपल संत सिंह सेखों जी दियां किताबां ने सानू, ठीक है। इस तो बिना साहित्य अर्थ भी है सानू सिलेबस दे विच, यह 3 किताबां ने। रुपिंदर जी सत श्री अकाल जी, थैंक यू रुपिंदर जी, कॉन्ग्रेचुलेशन फॉर द रिजल्ट, थैंक यू जी, थैंक यू। सो इस तरीके तुसी इन्हां बारे गल कर रहे हो क्रिटिक्स बारे, तो बिल्कुल असल दे विच जे असीं गल करी ना गुरमिंदर जी क्रिटिक्स की, तो साढ़े कोले बेसिकली असीं पेपर 2 दे विच मैटा क्रिटिसिज्म देना होंदा कि साढ़े क्रिटिक्स ने जिवें प्रिंसिपल संत सिंह सेखों जी दीआं किताबां ने उन्होंने ये की लिखे है, फिर वो बारे साढ़े वक् वक् स्कॉलर्स की कहिंदे है, ठीक है। जिवें डॉक्टर सुतेंद्र सिंह नूर ने, ठीक है जी, जां साढ़े होर स्कॉलर्स ने, वो प्रिंसिपल संत सिंह सेखों दी इन्हां किताबां बारे की टिप्पणी करते हैं, किवें उन्होंने इन्हां नूं क्रिटिसाइज किया होया। और एक चीज़ इत्थे आपां क्लीयर करनी चाहते हैं कि जदों असीं क्रिटिसिजम वर्ड की गल करते हैं तो क्रिटिसिजम का असीं पंजाबी अनुवाद करते हैं आलोचना, तो आलोचना का मतलब यही नहीं हुंदा कि नैगेटिवली, ठीक है। इहदा मतलब यह हुंदा कि नैगेटिव पक्ष पॉजिटिव पक्ष दोनों नूं ही असीं लैके आउणा है, तो वख-वख स्कॉलर्स ने कुछ पॉजिटिवली बोलते उन्होंने कुछ नैगेटिवली बोलते हैं, कुछ उन्हां च कमियां कढ़दे हैं, कुछ उन्हां दीआं विशेषतावां बारे दसदे हैं, तो असीं दोनों पक्ष लैके आने होंगे है जी। शमशेर सिंह जी का सवाल आया तुहाडियां सर किताबां कित्थों मिल सकदियां ने,
ਤੁਸੀਂ ਕਿਹੜੀਆਂ ਕਿਤਾਬਾਂ ਦੀ ਗੱਲ ਕਰ ਰਹੇ ਹੋ? ਜਿੱਥੋਂ ਤੱਕ ਤਾਂ ਤੁਸੀਂ ਗੱਲ ਕਰ ਰਹੇ ਹੋ, ਇੱਕ ਕਿਤਾਬ ਅਸੀਂ ਸ਼ਮਸ਼ੇਰ ਸਿੰਘ ਜੀ ਕੰਪਾਈਲ ਕੀਤੀ ਸੀ PCS ਦੇ ਬੱਚਿਆਂ ਵਾਸਤੇ, ਉਹ ਮਾਰਕੀਟ ਦੇ ਵਿੱਚ ਅਵੇਲੇਬਲ ਹੈਗੀ ਆ। ਦੂਸਰਾ ਪੁਆਇੰਟ ਹੈ ਕਿ ਲਿਟਰੇਚਰ ਦੀਆਂ ਕਿਤਾਬਾਂ ਉਹ ਕਿਸੇ ਵੀ ਮਾਰਕੀਟ ਦੇ ਵਿੱਚੋਂ, ਆਮ ਮਾਰਕੀਟ 'ਚੋਂ ਮਿਲ ਸਕਦੀਆਂ ਜਿੱਥੇ ਪੰਜਾਬੀ ਦੀ ਕਿਤਾਬਾਂ ਮਿਲਦੀਆਂ ਹੁਣ। ਜਲੰਧਰ ਮਾਈ ਹੀਰਾਂ ਗੇਟ ਹੈ ਪਟਿਆਲਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਮਣੇ ਮਾਰਕੀਟ ਹੈਗੀ ਹੈ ਬਹੁਤ ਵੱਡੀ। ਔਰ ਚੰਡੀਗੜ੍ਹ ਦੇ ਵਿੱਚ ਗੱਲ ਕਰੀਏ ਤਾਂ ਲਿਆਲ ਬੁੱਕ ਡਿਪੂ ਹੈ ਔਰ ਪੰਜਾਬ ਬੁੱਕ ਸੈਂਟਰ ਹੈ ਸੈਕਟਰ 22 ਦੇ ਵਿੱਚ, ਉੱਥੋਂ ਮਿਲ ਸਕਦੀਆਂ ਨੇ ਕਿਤਾਬਾਂ ਇਸ ਸਿਲੇਬਸ ਦੀਆਂ। ਪੰਜਾਬੀ ਵੀਕ ਹੈ ਸਰ, ਫਿਰ ਵੀ ਲੈ ਸਕਦੇ ਹਾਂ ਪੰਜਾਬੀ ਲਿਟਰੇਚਰ ਆਪਸ਼ਨਲ। ਬਿਲਕੁਲ, ਇਹਦੇ 'ਤੇ ਜੇ ਗੱਲ ਕਰੀਏ ਤਾਂ ਇਹ ਆਮ ਸਵਾਲ ਹੈ ਅੱਜ ਕੱਲ੍ਹ, ਜਿਹੜੇ ਵੀ ਬੱਚੇ ਸਾਡੇ ਕੋਲ ਇਨਕੁਆਇਰੀ ਕਰਦੇ ਹੈ ਤਾਂ ਮੈਂ ਕਹਾਂਗਾ ਇਹ ਲਗਭਗ ਹਰ ਬੱਚੇ ਦਾ ਹੀ ਪ੍ਰਸ਼ਨ ਹੁੰਦਾ ਕਿ ਜੀ ਮੇਰੀ ਪੰਜਾਬੀ ਵੀਕ ਹੈ। ਔਰ ਵੀਕ ਹੋਣ ਦਾ ਕਾਰਨ ਜੇ ਅਸੀਂ ਥੋੜ੍ਹਾ ਜਿਹਾ ਡੈਪਥ ਜਾਈਏ ਨਾ ਤਾਂ ਸਾਨੂੰ ਸਮਝ ਆ ਜਾਂਦਾ ਕਿ ਪੰਜਾਬ ਦੇ ਵਿੱਚ ਜਿਹੜਾ ਐਜੂਕੇਸ਼ਨ ਪੈਟਰਨ ਹੈ ਉਹ ਪੈਟਰਨ ਦੇ ਨੂੰ ਅਸੀਂ ਜੇ ਦੇਖੀਏ ਤਾਂ ਉਹਦੇ ਵਿੱਚ ਸਿਰਫ 10ਵੀਂ ਤੱਕ ਪੰਜਾਬੀ ਜਿਹੜੀ ਆ ਪੜ੍ਹਾਈ ਜਾਂਦੀ ਹੈ, ਅਤੇ ਗ੍ਰੈਜੂਏਸ਼ਨ ਦੇ ਦੌਰਾਨ ਪੰਜਾਬੀ ਕੁਝ ਸਮੈਸਟਰ ਦੇ ਵਿੱਚ ਹੁੰਦੀ ਆ, ਉਹ ਵੀ ਸਿਰਫ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ। ਤਾਂ ਇਸ ਕਰਕੇ ਜੇ ਅਸੀਂ ਆਮ ਤੌਰ 'ਤੇ ਵੇਖੀਏ ਤਾਂ ਪੰਜਾਬੀ ਅਸੀਂ 10ਵੀਂ ਤੱਕ ਹੀ ਪੜ੍ਹੀ ਹੁੰਦੀ ਹੈ, ਵੱਧ ਤੋਂ ਵੱਧ +2 ਤੱਕ ਪੜ੍ਹੀ ਹੁੰਦੀ ਹੈ। ਉਸ ਤੋਂ ਬਾਅਦ ਜਦੋਂ ਅਸੀਂ ਗ੍ਰੈਜੂਏਸ਼ਨ ਕਰਦੇ ਤਾਂ ਆਮ ਤੌਰ 'ਤੇ ਸਾਡਾ ਗੈਪ ਪੈ ਜਾਂਦਾ, ਔਰ ਸਕੂਲਿੰਗ ਦੇ ਦੌਰਾਨ ਵੀ ਇੰਨਾ ਬਹੁਤ ਜ਼ਿਆਦਾ ਪੰਜਾਬੀ 'ਤੇ ਅਸੀਂ ਤਵੱਜੋ ਨਹੀਂ ਦਿੱਤੀ ਹੁੰਦੀ। ਪਰ ਸਾਡੇ ਕੋਲ ਇੱਦਾਂ ਦੇ ਬੱਚੇ ਵੀ ਆਏ ਆ ਜਿਹੜੇ ਹਰਿਆਣੇ ਤੋਂ ਸੀ ਔਰ ਜਿਨ੍ਹਾਂ ਨੇ ਸਿਰਫ 2 ਸਾਲ 7ਵੀਂ 8ਵੀਂ ਜਾਂ 6ਵੀਂ 7ਵੀਂ ਸਕੂਲ ਦੇ ਦੌਰਾਨ 2 ਸਾਲ ਹੀ ਪੰਜਾਬੀ ਪੜ੍ਹੀ ਹੋਈ ਹੈ ਔਰ ਉਹਨਾਂ ਦਾ ਸਕੋਰ ਵੀ ਵਧੀਆ ਆਇਆ ਹੋਇਆ ਹੈ, ਸਾਡੇ ਕੋਲ ਰਿਜ਼ਲਟਸ ਨੇ। ਤੋਂ ਪੁਆਇੰਟ ਕੀ ਹੈ, ਸਾਨੂੰ ਸਿਰਫ ਇੰਨੀ ਕੀ ਤੁਹਾਡੇ ਵਿੱਚ ਇੱਕ ਚਾਹੀਦੀ ਹੁੰਦੀ ਹੈ ਕਾਬਲੀਅਤ ਕਿ ਤੁਸੀਂ ਪੰਜਾਬੀ ਲਿਖ ਸਕਦੇ ਹੋਵੋ, ਸਿੰਪਲ ਆਮ ਪੰਜਾਬੀ ਬੋਲ ਸਕਦੇ ਹੋਵੋ, ਪੰਜਾਬੀ ਪੜ੍ਹ ਸਕਦੇ ਹੋਵੋ। ਸਾਨੂੰ ਇੰਨੇ ਕੀ ਬੱਚਿਆਂ ਦੇ ਵਿੱਚ ਇੱਕ ਚਾਹੀਦਾ ਹੁੰਦਾ ਬਸ ਇੱਕ ਲੈਵਲ। ਔਰ ਜਿਹੜੀਆਂ ਸਿਹਾਰੀ ਬਿਹਾਰੀ ਦੀਆਂ ਗੱਲ ਕਰੀਏ, ਔਂਕੜ ਦੁਲੈਂਕੜ ਦੀ ਗੱਲ ਕਰੀਏ, ਗੁਰਮੁਖੀ ਸਕ੍ਰਿਪਟ ਲਿਖਦੇ ਹਾਂ, ਉਹ ਆਮ ਹੀ ਗਲਤੀਆਂ ਹੁੰਦੀਆਂ ਨੇ ਬੱਚਿਆਂ ਦੀਆਂ। ਅਤੇ ਜਿਹੜੀ ਸਾਡੀ ਕਲਾਸ ਹੈ, ਜੇ ਤੁਸੀਂ ਪੁਰਾਣੇ ਬੱਚਿਆਂ ਨਾਲ ਵੀ ਗੱਲ ਕਰੋ ਤਾਂ ਅਸੀਂ ਕਲਾਸ ਹੀ ਊੜੇ ਆੜੇ ਤੋਂ ਸ਼ੁਰੂ ਕਰਦੇ ਹਾਂ, ਔਰ ਊੜਾ ਆੜਾ ਜਿਹਨੂੰ ਅਸੀਂ ਆਮ ਤੌਰ 'ਤੇ 35 ਕਹਿੰਦੇ ਹਾਂ ਨਾ, ਉਹ 35 ਜਿਹੜੀ ਹੈਗੀ ਹੈ ਉਹ ਇੰਨੇ ਕੁ ਸਾਇੰਟੀਫਿਕ ਤਰੀਕੇ ਨਾਲ ਅਰੇਂਜ ਕੀਤੀ ਹੋਈ ਹੈ, ਤੁਸੀਂ ਕਲਾਸ ਲਾਓ ਤਾਂ ਤੁਸੀਂ ਹੈਰਾਨ ਹੋਵੋਗੇ, ਔਰ ਤੁਹਾਨੂੰ ਕਿਤੇ ਰੱਟਾ ਲਾਉਣ ਦੀ ਲੋੜ ਨਹੀਂ ਪੈਣੀ। ਸਾਡੇ ਬੱਚਿਆਂ ਨੂੰ ਆਮ ਤੌਰ 'ਤੇ ਉਹ 35 ਯਾਦ ਹੀ ਨਹੀਂ ਹੁੰਦੀ, ਅਤੇ ਅਸੀਂ ਕੋਈ ਕਲਾਸ 'ਚ ਯਾਦ ਨਹੀਂ ਕਰਵਾਉਂਦੇ, ਅਸੀਂ ਉਹ 'ਚ ਲੌਜਿਕ ਦੱਸਦੇ ਹਾਂ, ਤੁਸੀਂ ਉਹ ਲੌਜਿਕ ਨੂੰ ਪਕੜ ਕੇ 1 ਮਿੰਟ ਦੇ ਵਿੱਚ ਤੁਸੀਂ ਸਾਰੀ ਉਮਰ ਨਹੀਂ ਉਸ ਊੜੇ ਆੜੇ ਨੂੰ ਭੁੱਲ ਸਕਦੇ। ਸੋ ਸਰ, ਮੇਰੇ ਫਾਦਰ SP ਹੀ ਨੇ ਪੰਜਾਬ ਪੁਲਿਸ, ਮੈਂ ਸਰ APS ਪ੍ਰਿਪਰੇਸ਼ਨ ਕਰਕੇ PCS ਕਰੈਕ ਕਰ ਸਕਦਾ, DSP ਸਿਲੈਕਸ਼ਨ ਹੋਣ ਲਈ। ਚੇਤਨਪ੍ਰੀਤ ਜੀ, ਕੁਐਸਚਨ ਥੋੜ੍ਹਾ ਜਿਹਾ ਕਲੀਅਰ ਕਰੋ। IPS ਪ੍ਰੈਪਰੇਸ਼ਨ ਕਰਕੇ PCS ਕਰੈਕ ਕਰ ਸਕਦਾ, ਤੁਸੀਂ IPS ਦੀ ਤਿਆਰੀ ਕਰੋਗੇ ਚੇਤਨ ਜੀ, ਤਾਂ ਫਿਰ IPS ਹੀ ਕਰੈਕ ਕਰਾਂਗੇ ਆਪਾਂ। DSP ਲਈ PCS ਦਾ ਐਗਜ਼ਾਮ ਦੇ ਸਕਦੇ ਹੋ ਤੁਸੀਂ? ਬਿਲਕੁਲ ਦੇ ਸਕਦੇ ਹੋ, ਬਿਲਕੁਲ। ਥੈਂਕ ਯੂ ਜੀ ਸਰ, ਤੁਸੀਂ ਬੈਸਟ ਹੋ। ਥੈਂਕ ਯੂ ਜੀ, ਥੈਂਕ ਯੂ ਬੱਚੇ। ਜੀ 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 ਸਰ, ਤੁਹਾਡੀ ਸੀ ਸੈਟ ਵਾਲੀ ਕਿਤਾਬ ਬਹੁਤ ਵਧੀਆ ਸੀ, PCS ਵਾਸਤੇ ਬਹੁਤ ਹੈਲਪ ਕੀਤਾ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਤੁਸੀਂ ਇਹਨੂੰ ਲਾਈਕ ਕੀਤਾ, ਤੁਹਾਨੂੰ ਇਸ ਬੁੱਕ ਨੇ ਹੈਲਪ ਕੀਤਾ ਕੋਈ, ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ, ਥੈਂਕ ਯੂ ਖੁਸ਼ੀ ਗਿੱਲ ਜੀ, ਥੈਂਕ ਯੂ। ਸੋ ਬਿਲਕੁਲ ਜੀ ਜੀ, ਆਰਟ ਆਫ ਆਂਸਰ ਰਾਈਟਿੰਗ ਬਾਰੇ ਦੱਸੋ। ਓਕੇ, ਆਰਟ ਆਫ ਆਂਸਰ ਰਾਈਟਿੰਗ, ਆਰਟ ਆਫ ਆਂਸਰ ਰਾਈਟਿੰਗ ਬਾਰੇ ਮੈਂ ਇਹ ਕਹਾਂਗਾ ਕਿ ਦੱਸਣ ਦੀ ਬਜਾਏ ਸਿੱਖਣ ਵਾਲੀ ਚੀਜ਼ ਜ਼ਿਆਦਾ ਹੈ। ਸਾਡੇ ਕੋਲ ਅਕਸਰ ਹੀ ਜਦੋਂ ਬੱਚੇ ਕੋਰਸ ਕਰ ਲੈਂਦੇ ਆ ਉਸ ਤੋਂ ਬਾਅਦ ਉਹਨਾਂ ਦੀ ਆਂਸਰ ਰਾਈਟਿੰਗ ਸ਼ੁਰੂ ਹੁੰਦੀ ਹੈ, ਤਾਂ ਆਂਸਰ ਰਾਈਟਿੰਗ ਦੇ ਵਿੱਚ ਇੱਕ ਗੱਲ ਮੈਂ ਸ਼ੇਅਰ ਕਰਨੀ ਚਾਹਾਂਗਾ ਕਿ ਜਨਰਲੀ ਅਸੀਂ ਆਂਸਰ ਰਾਈਟਿੰਗ ਜਿਹੜੀ ਹੈ ਉਹ ਇੰਡੀਵਿਜੁਅਲੀ ਕਰਵਾਉਂਦੇ ਹਾਂ, ਹਰ ਬੱਚੇ ਦੀ ਟੈਸਟ ਸੀਰੀਜ਼ ਇੰਡੀਵਿਜੁਅਲੀ ਚੱਲਦੀ ਹੈ। ਤੁਸੀਂ ਸਪੋਜ਼ ਤੁਸੀਂ ਕੋਰਸ ਹੁਣ ਕੰਪਲੀਟ ਕਰ ਲਿਆ ਸਾਡੇ ਕੋਲ, ਤੁਸੀਂ 1 ਮਹੀਨੇ ਬਾਅਦ ਟੈਸਟ ਸੀਰੀਜ਼ ਕਰਨਾ ਚਾਹੁੰਦੇ ਹੋ ਜਾਂ 2 ਮਹੀਨੇ ਬਾਅਦ ਸ਼ੁਰੂ ਕਰਨਾ ਚਾਹੁੰਦੇ ਹੋ, ਜਿਸ ਵੇਲੇ ਵੀ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ
ਉਸ ਵੇਲੇ ਤੁਸੀਂ ਸ਼ੁਰੂ ਕਰ ਸਕਦੇ ਹੋ, ਕਿਉਂਕਿ ਸਾਡੇ ਕੋਲ ਤੁਹਾਡੀ ਜਿਹੜੀ ਵੈਲਿਡਿਟੀ ਹੈ ਸਾਡੇ ਸਟੂਡੈਂਟਸ ਉਦੋਂ ਤੱਕ ਬਣੀ ਰਹਿੰਦੀ ਹੈ ਜਦੋਂ ਤੱਕ ਉਹ ਮੇਨ ਲਿਖਦੇ ਹੈ। ਤਾਂ ਸੋ ਇਹਦੇ ਸੰਬੰਧ ਵਿੱਚ ਇਹ ਚੀਜ਼ ਹੈਗੀ ਹੈ ਕਿ ਅਸੀਂ ਹਰ ਇੱਕ ਬੱਚੇ 'ਤੇ ਪਰਸਨਲੀ ਫੋਕਸ ਕਰਦੇ ਹਾਂ। ਇੱਕ ਬੱਚੇ ਦਾ ਜਿਹੜਾ ਇੱਕ ਆਂਸਰ ਹੈ ਉਹ ਚਾਰ ਚਾਰ ਵਾਰੀ ਵੀ ਰਿਪੀਟ ਕਰਵਾਈਦਾ ਹੈ। ਸਾਡਾ ਮਕਸਦ ਇਹ ਨਹੀਂ ਹੁੰਦਾ ਕਿ ਆਂਸਰ ਰਾਈਟਿੰਗ ਦੇ ਵਿੱਚ ਸਿਲੇਬਸ ਖਤਮ ਹੋ ਜਾਵੇ, ਸਾਡਾ ਮਕਸਦ ਇਹ ਹੁੰਦਾ ਕਿ ਬੱਚੇ ਨੂੰ ਕਲਾ ਆ ਜਾਵੇ ਕਿ ਕਿਵੇਂ ਸਿੱਖਣਾ ਹੈ, ਕਿਵੇਂ ਲਿਖਣਾ ਹੈ ਆਂਸਰ, ਕਿਹੜੀਆਂ ਚੀਜ਼ਾਂ 'ਤੇ ਧਿਆਨ ਦੇਣਾ ਹੈ, ਕਿਹੜੀਆਂ ਚੀਜ਼ਾਂ 'ਤੇ ਧਿਆਨ ਨਹੀਂ ਦੇਣਾ, ਕਿਹੜੇ ਕੁਐਸਚਨ ਦੀ ਡਿਮਾਂਡ ਕੀ ਹੈ, ਉਹਦੇ 'ਚ ਕਿਹੜਾ ਕੰਟੈਂਟ ਦੇਣਾ ਹੈ, ਕੀ ਸਟਰਕਚਰਿੰਗ ਹੋਣੀ ਚਾਹੀਦੀ ਹੈ। ਔਰ ਉਹ ਜਿਹੜੀ ਸਟਰਕਚਰਿੰਗ 'ਤੇ ਅਸੀਂ ਕੰਮ ਕਰਦੇ ਹਾਂ ਡੈਫੀਨੇਟਲੀ ਬੱਚਿਆਂ ਨੂੰ ਐਸੇ ਰਾਈਟਿੰਗ ਦੇ ਵਿੱਚ ਵੀ ਬਹੁਤ ਕੰਮ ਦਿੰਦੀ ਹੈ। ਸੋ ਸਰ, ਵਿਆਖਿਆ ਐਂਡ ਪ੍ਰਸੰਗ ਸਹਿਤ ਵਿਆਖਿਆ 'ਚ ਕੋਈ ਡਿਫਰੈਂਸ ਹੈ ਤਾਂ ਕਲੀਅਰਲੀ ਐਕਸਪਲੇਨ ਕਰ ਦਿਓ ਪਲੀਜ਼। ਦੇਖੋ ਜੀ, ਵਿਆਖਿਆ ਦਾ ਮਤਲਬ ਇਹ ਹੁੰਦਾ ਹੈ ਕਿ ਜੋ ਵੀ ਕਿਸੇ ਟੈਕਸਟ ਦੇ ਵਿੱਚ ਲਿਖਿਆ ਹੋਇਆ, ਚਾਹੇ ਉਹ ਕਵਿਤਾ ਹੈ ਚਾਹੇ ਉਹ ਪ੍ਰੋਜ਼ ਹੈ, ਠੀਕ ਹੈ, ਉਹਨੂੰ ਐਕਸਪਲੇਨ ਕਰਨਾ। ਪ੍ਰਸੰਗ ਸਾਹਿਤ ਵਿਆਖਿਆ, ਪ੍ਰਸੰਗ ਦਾ ਮਤਲਬ ਹੁੰਦਾ ਹੈ ਕੰਟੈਕਸਟ, ਪ੍ਰਸੰਗ ਦਾ ਮਤਲਬ ਹੁੰਦਾ ਹੈ ਵਾਤਾਵਰਣ, ਭਾਵ ਕੀ ਹੈ ਕਿ ਕੋਈ ਵੀ ਰਚਨਾ ਕਿਸੇ ਵੀ ਕਵੀ ਨੇ ਲਿਖੀ ਹੈ। ਸੁਪੋਜ਼ ਸ਼ੇਖ ਫਰੀਦ ਜੀ ਨੇ ਆਪਣੀ ਬਾਣੀ ਦੀ ਰਚਨਾ ਕੀਤੀ, ਗੁਰੂ ਨਾਨਕ ਸਾਹਿਬ ਨੇ ਬਾਣੀ ਰਚਨਾ ਕੀਤੀ, ਜਾਂ ਬੁੱਲੇ ਸ਼ਾਹ ਦੀਆਂ ਕਾਫੀਆਂ ਨੇ, ਜਾਂ ਹੀਰ ਵਾਰਿਸ ਹੈ, ਜਾਂ ਆਧੁਨਿਕ ਸਾਹਿਤ ਦੇ ਵਿੱਚ ਵੀ ਅਸੀਂ ਕਿਸੇ ਵੀ ਸਾਹਿਤਕ ਵਿਧਾ ਦੀ ਗੱਲ ਕਰੀਏ, ਤਾਂ ਹਰ ਇੱਕ ਸਾਹਿਤ ਹੈ ਜਿਹੜਾ ਉਹ ਸਮਾਜ ਦੀਆਂ ਸਥਿਤੀਆਂ 'ਚੋਂ ਪੈਦਾ ਹੁੰਦਾ ਹੈ, ਉਹ ਖਾਸ ਵਾਤਾਵਰਣ 'ਚੋਂ ਪੈਦਾ ਹੁੰਦਾ। ਜਿਵੇਂ ਅਸੀਂ ਅੱਜ ਕੱਲ੍ਹ ਦੇਖੀਏ ਤਾਂ ਅੱਜ ਕੱਲ੍ਹ ਚੋਣਾਂ ਦਾ ਮਾਹੌਲ ਹੈ, ਤਾਂ ਅੱਜ ਕੱਲ੍ਹ ਜੋ ਵੀ ਕੁਛ ਲਿਖਿਆ ਜਾ ਰਿਹਾ ਉਹ 'ਚ ਕਾਫੀ ਵੱਡੀ ਚੀਜ਼ ਹੈ ਜਿਹੜੀ ਉਹ ਅੱਜ ਦੇ ਮਾਹੌਲ ਦੇ ਵਿੱਚੋਂ ਨਿਕਲੀ ਹੋਈ ਹੁੰਦੀ ਹੈ। ਤਾਂ ਉਹ ਜਿਹੜਾ ਮਾਹੌਲ ਹੈ ਸਮਝਣਾ ਉਹਨੂੰ ਬਹੁਤ ਜ਼ਰੂਰੀ ਹੁੰਦਾ ਪਹਿਲਾਂ, ਤਾਂ ਫਿਰ ਅਸੀਂ ਉਸ ਕਵਿਤਾ ਨੂੰ ਜਾਂ ਅਸੀਂ ਪ੍ਰੋਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝ ਸਕਦੇ ਹਾਂ ਜੇ ਅਸੀਂ ਪਹਿਲਾਂ ਉਸ ਵਾਤਾਵਰਣ ਨੂੰ ਸਮਝ ਲਾਂਗੇ, ਠੀਕ ਹੈ। ਤਾਂ ਉਹ ਜਿਹੜਾ ਵਾਤਾਵਰਣ ਦੱਸਦੇ ਹੋਏ ਅਸੀਂ ਵਿਆਖਿਆ ਕਰਨੀ ਆ ਉਹਨੂੰ ਅਸੀਂ ਕਹਿੰਦੇ ਹਾਂ ਪ੍ਰਸੰਗ ਸਹਿਤ ਵਿਆਖਿਆ। ਜੀ ਹਰਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਮੈਂ ਵੀ ਆਪਸ਼ਨਲ ਪੰਜਾਬੀ ਲੈਣੀ ਹੈ ਅਤੇ ਤੁਹਾਡੇ ਬੈਚ ਕਦ ਸਟਾਰਟ ਹੋਣਗੇ, ਅਤੇ ਇੱਕ ਗੱਲ ਦੱਸਿਓ ਕਿ ਤੁਸੀਂ ਓਵਰਆਲ ਪੰਜਾਬੀ ਲਈ ਵੀ ਕੋਚਿੰਗ ਦਿੰਦੇ ਹੋ ਜਾਂ ਓਨਲੀ ਫੋਰ ਆਪਸ਼ਨਲ, ਟੈਲ ਮੀ ਪਲੀਜ਼, ਥੈਂਕਸ ਇਨ ਐਡਵਾਂਸ। ਹਰਮਨਪ੍ਰੀਤ ਜੀ, ਓਵਰਆਲ ਪੰਜਾਬੀ ਕਹਿ ਕੇ ਤੁਸੀਂ ਇਹ ਬਹੁਤ ਵੱਡਾ ਇੱਕ ਪ੍ਰਸ਼ਨ ਹੈ ਕਿ ਓਵਰਆਲ ਪੰਜਾਬੀ ਦਾ ਅਰਥ ਕੀ ਹੈ, ਕਿਉਂਕਿ ਕੋਈ ਵੀ ਅਸੀਂ ਕੋਰਸ ਕਰਦੇ ਹਾਂ ਤਾਂ ਉਹਦੇ 'ਚ ਮੈਨਸ਼ਨ ਹੁੰਦਾ ਕਿ ਡਿਸਟੈਂਸ ਲਰਨਿੰਗ ਕੋਰਸ ਦੀ ਪੈਡਾਗੋਜੀ ਵੀ ਉਨੀ ਹੀ ਲਾਹੇਵੰਦ ਹੋਊ ਜਿੰਨੀ ਕਲਾਸਰੂਮ ਕੋਰਸ ਸੀ। ਰਾਹੁਲ ਜੀ, ਬੜਾ ਸਿੰਪਲ ਜਿਹਾ ਆਂਸਰ ਹੈ ਇਹਦਾ ਕਿ ਕਲਾਸਸ ਨੇ ਜਿਹਦੀਆਂ ਉਹਦਾ ਅਲਟਰਨੇਟਿਵ ਕੋਈ ਨਹੀਂ ਹੁੰਦਾ, ਹੈ ਨਾ। ਸੋ ਇਹ ਚੀਜ਼ਾਂ ਸਾਨੂੰ ਥੋੜ੍ਹਾ ਜਿਹਾ ਧਿਆਨ ਰੱਖਣਾ ਪਏਗਾ ਕਿ ਕਲਾਸ ਦੇ ਵਿੱਚ ਬਹੁਤ ਕੁਛ ਟੀਚਰ ਨੇ ਦੱਸਣਾ ਹੁੰਦਾ, ਡੇ ਟੂ ਡੇ ਉਹਨੇ ਜੋ ਪੜ੍ਹਨਾ ਉਹ ਤੁਹਾਡੇ ਨਾਲ ਸ਼ੇਅਰ ਕਰਨਾ, ਬਹੁਤ ਫਾਇਦਾ ਹੁੰਦਾ ਕਲਾਸਸ ਦਾ। ਸਰ, ਔਨਲਾਈਨ ਟੈਸਟ ਸੀਰੀਜ਼ ਅਵੇਲੇਬਲ ਹੈ ਜਾਂ ਓਨਲੀ ਕਲਾਸਰੂਮ ਟੈਸਟ ਹੀ ਅਵੇਲੇਬਲ ਹੈ? ਜੀ, ਔਨਲਾਈਨ ਟੈਸਟ ਸੀਰੀਜ਼ ਅਵੇਲੇਬਲ ਹੈ, ਬਿਲਕੁਲ ਅਵੇਲੇਬਲ ਹੈ। ਈਵਨ ਕਿ ਸਾਡੇ ਬੱਚੇ ਜਿਹੜੇ ਕਿ ਕੋਰਸ ਕਰਕੇ ਜਾਂਦੇ ਆ ਸਾਡੇ ਕੋਲੋਂ, ਉਹ ਵੱਖ ਵੱਖ ਥਾਵਾਂ ਤੋਂ ਆਉਂਦੇ ਹੈ। ਕੋਈ ਬੱਚਾ ਲੁਧਿਆਣੇ ਤੋਂ ਆ ਰਿਹਾ ਹੁੰਦਾ, ਕੋਈ ਜਲੰਧਰ ਤੋਂ, ਕੋਈ ਪਠਾਨਕੋਟ ਤੋਂ, ਕੋਈ ਬਠਿੰਡੇ ਤੋਂ, ਹੈ ਨਾ, ਈਵਨ ਕਿ ਸਾਡੇ ਕੋਲ ਛੱਤੀਸਗੜ੍ਹ ਤੋਂ ਵੀ ਬੱਚੇ ਆਏ ਹੋਏ ਨੇ। ਤਾਂ ਫਿਰ ਉਹ ਕੋਰਸ ਕਰਕੇ ਚਲੇ ਜਾਂਦੇ ਆ, ਉਸ ਤੋਂ ਬਾਅਦ ਉਹ ਔਨਲਾਈਨ ਕਰਦੇ ਆ। ਔਨਲਾਈਨ ਕਿਸ ਤਰੀਕੇ ਨਾਲ ਕਰਦੇ ਆ ਕਿ ਜਦੋਂ ਬੱਚੇ ਨੇ, ਜਿਵੇਂ ਅਸੀਂ ਕਹਿ ਕੇ ਇੰਡੀਵਿਜੁਅਲੀ ਟੈਸਟ ਸੀਰੀਜ਼ ਚੱਲਦੀ ਆ ਆਪਣੀ, ਤਾਂ ਜਦੋਂ ਬੱਚੇ ਨੇ ਸ਼ੁਰੂ ਕਰਨਾ ਹੁੰਦਾ ਟੈਸਟ ਰਾਈਟਿੰਗ ਸ਼ੁਰੂ ਕਰਨੀ, ਆਂਸਰ ਰਾਈਟਿੰਗ, ਤਾਂ ਉਹ ਸਾਨੂੰ ਇੰਟੀਮੇਟ ਕਰ ਦਿੰਦੇ ਕਿ ਅਸੀਂ ਆਂਸਰ ਰਾਈਟਿੰਗ ਸ਼ੁਰੂ ਕਰਨੀ, ਅਸੀਂ ਉਹਨਾਂ ਨੂੰ ਟੋਪਿਕ ਦੱਸ ਦਿੰਦੇ ਹਾਂ। ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਕੁਐਸਚਨਸ ਨੇ ਜਿਹੜੇ ਉਹ ਵਟਸਐਪ ਦੇ ਜ਼ਰੀਏ ਭੇਜਦੇ ਹਾਂ, ਔਰ ਸਾਨੂੰ ਆਂਸਰ ਲਿਖ ਕੇ ਉਹਨੂੰ ਕਾਪੀ ਸਕੈਨ ਕਰਕੇ ਜਾਂ ਫੋਟੋ ਕਲਿੱਕ ਕਰਕੇ ਉਹ ਸਾਨੂੰ ਈਮੇਲ ਕਰ ਦਿੰਦੇ ਆ ਵੈਬਸਾਈਟ 'ਤੇ ਸਾਡੀ 'ਤੇ, ਠੀਕ ਹੈ। ਫਿਰ ਉਹਨਾਂ ਦਾ ਟਾਈਮ ਫਿਕਸ ਹੋ ਜਾਂਦਾ ਔਰ ਟੈਲੀਫੋਨਿਕਲੀ ਉਹਨਾਂ ਦੀ ਫੀਡਬੈਕ ਹੋ ਜਾਂਦੀ, ਕਿਉਂਕਿ ਸਾਡਾ ਮਕਸਦ ਇਹ ਹੁੰਦਾ ਕਿ ਬੱਚੇ ਦਾ ਟਾਈਮ ਸੇਵ ਕੀਤਾ ਜਾਵੇ, ਉਹਨੂੰ ਸੌਖਾ ਰੱਖਿਆ ਜਾਵੇ। ਸਾਡਾ ਮਕਸਦ ਤੁਹਾਡੇ ਐਫਰਟਸ ਨੂੰ ਘੱਟ ਕਰਨਾ ਔਰ ਤੁਹਾਡੀ ਮਿਹਨਤ ਨੂੰ ਛੇਤੀ ਤੋਂ ਛੇਤੀ ਤੁਹਾਡੇ ਤੱਕ ਲੈ ਕੇ ਆਉਣਾ, ਸਾਡਾ ਮਕਸਦ ਇਹ ਹੈ, ਰਾਈਟ। ਓਵਰਆਲ ਮੀਨਿੰਗ ਸਰ, ਲੈਂਗੁਏਜ ਫੋਰ ਐਗਜ਼ਾਮੀਨੇਸ਼ਨ ਪੰਜਾਬੀ, ਓਕੇ ਜੀ, ਬਿਲਕੁਲ। ਅਗਰ ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬੀ ਐਗਜ਼ਾਮੀਨੇਸ਼ਨ ਜਿਹੜਾ ਹੈਗਾ PCS ਦੇ ਵਾਸਤੇ ਜਾਂ ਜੁਡੀਸ਼ਰੀ ਦੇ ਲਈ, ਉਹਦੀ ਤਿਆਰੀ ਵੀ ਅਸੀਂ ਕਰਵਾ ਦਿੰਦੇ ਹਾਂ। ਔਰ ਈਵਨ ਕਿ ਜੇ ਤੁਸੀਂ ਕਹਿ ਰਹੇ ਹੋ ਪੰਜਾਬੀ ਜਿਹੜਾ ਲੈਂਗੁਏਜ ਦਾ ਪੇਪਰ ਹੁੰਦਾ UPSC ਦੇ ਵਿੱਚ, ਜੇ ਤੁਸੀਂ ਪੰਜਾਬੀ ਲਿਟਰੇਚਰ ਰੱਖਿਆ ਉਹਦੇ ਵਾਸਤੇ ਤਾਂ ਲੋੜ ਹੀ ਨਹੀਂ ਹੁੰਦੀ ਕਿ ਉਹਦੇ ਵਾਸਤੇ ਤੁਸੀਂ ਸਪੈਸ਼ਲ ਤਿਆਰੀ ਕਰੋ, ਪੰਜਾਬੀ ਲਿਟਰੇਚਰ ਦੇ ਨਾਲ ਤੁਹਾਡੀ ਉਹਦੇ 'ਚ ਤਿਆਰੀ ਹੋ ਜਾਂਦੀ ਹੈ। ਹਰਮਨਪ੍ਰੀਤ ਜੀ, ਸੋ ਥੈਂਕ ਯੂ ਸਟੂਡੈਂਟਸ, ਥੈਂਕਸ ਫੋਰ ਕਮਿੰਗ, ਤੁਹਾਡੀ ਇਨਕੁਆਇਰੀਜ਼ ਆਈਆਂ, ਔਰ ਆਪਾਂ ਫਿਰ ਇਹਨੂੰ, ਇਹ ਸਾਡਾ ਫਸਟ ਐਕਸਪੀਰੀਅੰਸ ਹੈ, ਬਹੁਤ ਵਧੀਆ ਰਿਹਾ, ਔਰ ਇਨ ਫਿਊਚਰ ਵੀ ਆਪਾਂ ਕੋਸ਼ਿਸ਼ ਕਰਾਂਗੇ, ਠੀਕ ਹੈ, ਔਰ ਆਪਾਂ ਤੁਹਾਡੀਆਂ ਇਨਕੁਆਇਰੀਜ਼ ਨੇ ਜਿਹੜੀਆਂ ਉਹਨਾਂ ਨੂੰ ਆਪਾਂ ਔਨਲਾਈਨ ਕੋਸ਼ਿਸ਼ ਕਰਾਂਗੇ ਕਿ ਸੋਲਵ ਕਰੀਏ, ਠੀਕ ਹੈ, ਤੁਹਾਡੀ ਵੱਧ ਤੋਂ ਵੱਧ ਮਦਦ ਕਰੀਏ ਆਪਾਂ, ਠੀਕ ਹੈ। ਸੋ ਥੈਂਕ ਯੂ ਸੋ ਮੱਚ, ਥੈਂਕ ਯੂ।